ਬਾਬਾ ਸਵਾਗਤ ਹੈ ਜੀ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਅੱਜ ਦੇ ਮਹਿਮਾਨ ਨੇ ਸਾਡੇ ਰਵੀ ਗਰਗ ਜੀ ਕੰਪਨੀ ਹੈ ਪਾਇਨਰ ਇਮੀਗ੍ਰੇਸ਼ਨ ਵਿਸ਼ਾ ਹੈਗਾ ਕੈਨੇਡਾ ਔਰ ਸਪੈਸ਼ਲੀ ਉਹਨਾਂ ਬੱਚਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਪਰਸੈਂਟੇਜ ਘੱਟ ਹੈ ਬੈਂਡ ਘੱਟ ਨੇ ਉਹ ਕਿਤੇ ਨਾ ਕਿਤੇ ਜਾ ਕੇ ਫਸ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਇੱਕ ਕੁਝ ਬੱਚੇ ਪਹੁੰਚ ਗਏ ਵਿਦੇਸ਼ਾਂ ਦੇ ਵਿੱਚ ਉਹਨਾਂ ਲਈ ਹੁੰਦਾ ਕਿ ਸਾਡੀ ਮੰਜ਼ਿਲ ਹੁਣ ਪੂਰੀ ਹੋ ਗਈ ਵੀਜ਼ਾ ਲੱਗ ਗਿਆ ਵੀਜ਼ਾ ਲੈਣਾ ਕਾਫੀ ਨਹੀਂ ਵੀਜ਼ਾ ਕੀ ਹੈ ਵੀਜ਼ਾ ਤੁਹਾਡੀ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਐਂਟਰੀ ਹੈ ਸ਼ੁਰੂਆਤ ਹੁੰਦੀ ਹੈ ਤੁਸੀਂ ਉੱਥੋਂ ਆਪਣਾ ਇੱਕ ਸਫ਼ਰ ਸ਼ੁਰੂ ਕਰਦੇ ਹੋ ਸਫ਼ਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਥੋੜ੍ਹੀਆਂ ਟੈਕਨੀਕਲ ਜਿਹੜੀਆਂ ਹੈਗੀਆਂ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਪੀਆਰ ਤੱਕ ਲੈ ਕੇ ਜਾਣਗੀਆਂ ਉਹਨਾਂ ਬਾਰੇ ਵੀ ਅਸੀਂ ਚਰਚਾ ਕਰਾਂਗੇ ਡਾਕਟਰ ਸਾਹਿਬ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਸੰਤੂ ਸਾਹਿਬ ਸੋਹਣੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਮੇਰੇ ਦਰਸ਼ਕਾਂ ਨੂੰ ਭੈਣਾਂ ਭਰਾਵਾਂ ਨੂੰ ਬੱਚਿਆਂ ਨੂੰ ਮੇਰੇ ਦੋਸਤਾਂ ਨੂੰ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਕੀ ਸਿਨੈਰੀਓ ਜੀ ਸੁਣਿਆ ਕਿ ਵੀਜ਼ਾ ਲਿਨਿਟ ਵੀ ਹੈ ਵੀਜ਼ਾ ਬਹੁਤ ਆ ਰਿਹਾ ਹੈ ਪਰ ਬਹੁਤ ਸਾਰਾ ਬੱਚਾ ਜਿਹੜਾ ਹੈਗਾ ਗਲਤ ਕਾਲਜਸ ਗਲਤ ਕੋਰਸਾਂ ਦੇ ਵਿੱਚ ਵੀ ਜਾ ਰਿਹਾ ਵੀਜ਼ਾ ਲੈ ਲੈਂਦਾ ਬਿਲਕੁਲ ਆਫ ਦਾ ਰਿਕਾਰਡ ਮੈਂ ਤਾਂ ਡਾਕਟਰ ਸਾਹਿਬ ਗੱਲ ਕਰ ਰਹੀ ਸੀ ਕਿ ਉਹਨਾਂ ਨੇ ਪੱਕੇ ਨਹੀਂ ਹੋਣਾ ਪੀਜੀ ਲੈ ਲਿਆ ਪੀਜੀ ਤੋਂ ਬਾਅਦ ਫਿਰ ਉਹ ਪੋਸਟ ਸੈਕੰਡਰੀ ਦੇ ਵਿੱਚ ਆ ਜਾਂਦੇ ਨੇ ਵਾਪਸ ਕੀ ਸਲਾਹ ਦਿਓ ਜਿਹੜੀ ਆਪਣੀ ਗੱਲ ਚੱਲ ਰਹੀ ਸੀਗੀ ਇਹ ਸੀਗੀ ਕਿ ਵੀ ਇੱਥੋਂ ਅਸੀਂ ਇੱਕ ਬੱਚੇ ਨੂੰ ਬੀਟੈਕ ਸੀਗਾ ਔਰ 6 ਬੈਂਡ ਸੀਗੇ ਉਸਨੂੰ ਫਲੈਮਿੰਗ ਕਾਲਜ ਦੇ ਵਿੱਚ ਹੀ ਸਿਰਫ 6 ਬੈਂਡ ਦੇ ਵਿੱਚ ਪ੍ਰੋਜੈਕਟ ਮੈਨੇਜਮੈਂਟ ਦਾ ਕੋਰਸ ਕੀਤਾ ਬਾਕੀ ਸਾਰੇ ਕਾਲਜਾਂ ਨੇ ਹੌਲੀ ਹੌਲੀ ਕਰਕੇ 6 ਤੋਂ ਵਧਾ ਕੇ ਕਿਉਂਕਿ ਹਿਊਜ ਰਸ਼ ਚੱਲਦਾ ਪਿਆ ਜਦੋਂ 100 ਸੀਟਾਂ ਨੇ ਤੇ 500,000 ਐਪਲੀਕੇਸ਼ਨਾਂ ਜਾ ਰਹੀਆਂ ਨੇ ਤੇ ਪਹਿਲਾਂ ਘੱਟ ਬੱਚੇ ਸੀਗੇ ਉਨੇ ਜ਼ਿਆਦਾ ਨਹੀਂ ਸੀਗੇ ਤੇ ਉਹ 6 ਬੈਂਡ ਦੇ ਵਿੱਚ ਵੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦਿੰਦੇ ਸੀਗੇ ਅਸੀਂ ਬੜੇ ਸਾਰੇ ਸੋਚ ਦੇ ਵਿੱਚ ਗੱਲ ਕਰਦੇ ਸੀ ਗ੍ਰੈਜੂਏਟ ਪੋਸਟ ਗ੍ਰੈਜੂਏਟ ਜਾ ਸਕਦੇ 6 ਬੈਂਡ ਦੇ ਵਿੱਚ ਹੁਣ ਵੀ ਹੈਗੇ ਨੇ ਬੜੇ ਸਾਰੇ ਕਾਲਜਾਂ 'ਚ ਕੋਰਸਿਸ ਲੇਕਿਨ ਇਹ ਜਿਹੜਾ ਹੈ ਇਸ ਦੇ ਵਿੱਚ ਜਿਹੜਾ ਬੀਟੈਕ ਵਾਲੇ ਬੱਚੇ ਨੂੰ ਸਿਰਫ ਫਲੈਮਿੰਗ ਕਾਲਜ ਦੇ ਵਿੱਚ ਸੀਗਾ ਔਰ ਅਸੀਂ ਉਸਨੂੰ ਰੱਬ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਡਾਕਟਰ ਸਾਹਿਬ ਨੇ ਬਹੁਤ ਮਿਹਨਤ ਕਰਕੇ ਬੱਚਾ ਭੇਜਿਆ 3 ਵਾਰ ਰਿਫਿਊਜ਼ ਸੀਗਾ ਹਰ ਏਜੰਟ ਕੋਲੋਂ ਥੱਕ ਗਿਆ ਸੀ ਹਾਰ ਚੁੱਕਿਆ ਸੀਗਾ ਐਡਮਿਸ਼ਨ ਹੀ ਨਹੀਂ ਮਿਲ ਰਹੀ ਸੀਗੀ ਜੀ ਪਹਿਲੀ ਗੱਲ ਤਾਂ ਐਡਮਿਸ਼ਨ ਹੀ ਨਹੀਂ ਮਿਲ ਰਹੀ ਸੀਗੀ ਸੋ ਬੱਚੇ ਉੱਥੇ ਜਾ ਕੇ ਕੀ ਕਰਦੇ ਨੇ ਵੀਜ਼ਾ ਲੱਗ ਗਿਆ ਫਿਰ ਏਜੰਟ ਨੂੰ ਭੁੱਲ ਜਾਂਦੇ ਆ ਉਂਗਲ ਛੱਡ ਦਿੰਦੇ ਨੇ ਉੱਥੇ ਜਾ ਕੇ ਫਿਰ ਇਹ ਨਹੀਂ ਪਤਾ ਕਿ ਵੀਜ਼ੇ ਤੋਂ ਬਾਅਦ ਜਿਹੜੀਆਂ ਅਸੀਂ ਕੁਤਾਹੀਆਂ ਕਰਦੇ ਹਾਂ ਗਲਤੀਆਂ ਕਰਦੇ ਹਾਂ ਕਾਲਜਸ ਚੇਂਜ ਕਰਦੇ ਹਾਂ ਕੋਰਸ 'ਚ ਚੇਂਜ ਕਰਦੇ ਹਾਂ ਉਹਦੇ ਵਿੱਚ ਡਾਕਟਰ ਸਾਹਿਬ ਦੱਸ ਰਹੇ ਸੀ ਮੇਰੇ ਕੋਲ ਥੋੜ੍ਹਾ ਜਿਹਾ ਚਾਨਣਾ ਪਾਓ ਜੀ ਜਿਹੜੇ ਉਹਨਾਂ ਨੂੰ ਨੁਕਸਾਨ ਕੀ ਹੋਣਾ ਬੱਚਾ ਬਿਲਕੁਲ ਦੇਖੋ ਉਹ ਜਿਹੜੀ ਗੱਲ ਚੱਲ ਰਹੀ ਸੀ ਬੱਚੇ ਦਾ ਜਿਹੜਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਸਿਰਫ ਫਲੈਮਿੰਗ ਕਾਲਜ ਜਿਹੜਾ ਪੀਟਰਬਰੋ ਸਿਟੀ 'ਚ ਹੈਗਾ ਉੱਥੇ ਤਕਰੀਬਨ ਟੋਰੰਟੋ ਤੋਂ 4 ਕੁ ਘੰਟੇ ਦਾ ਰਸਤਾ ਹੈਗਾ ਉੱਥੇ ਸੀਗਾ ਉਸ ਕਾਲਜ ਦੇ ਵਿੱਚ ਅਵੇਲੇਬਲ ਅਸੀਂ ਉਹਨਾਂ ਨੂੰ ਕਹਿ ਕੇ ਆਫਰ ਲੈਟਰ ਲਈ ਅੰਬੈਸੀ 'ਚ ਲਾਇਆ 3 ਵਾਰੀ ਰਿਫਿਊਜ਼ਲ ਦੇ ਬਾਵਜੂਦ ਬਾਹਰੋਂ ਕਿਸੇ ਕੰਸਲਟੈਂਟ ਤੋਂ ਕੀਤਾ ਸੀਗਾ ਉਹ ਵੀਜ਼ਾ ਲਿਆ ਔਰ ਬੱਚਾ ਉੱਥੇ ਪਹੁੰਚ ਗਿਆ ਔਰ ਉਸ ਤੋਂ ਬਾਅਦ ਬੱਚੇ ਨੇ ਕਿਤੇ ਟੋਰੰਟੋ ਸਾਈਡ 'ਤੇ ਪੋਸਟ ਸੈਕੰਡਰੀ ਕੋਰਸ ਦੀ ਜਿਹੜੀ ਐਡਮਿਸ਼ਨ ਲੈ ਕੇ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੱਚਾ ਕਹਿੰਦਾ ਜੀ ਸ਼ਿਫਟ ਕਰ ਰਿਹਾ ਹੈਗਾ ਉੱਥੇ ਅਤੇ ਪੁਆਇੰਟ ਇਹ ਹੈਗਾ ਵੀ ਗ੍ਰੈਜੂਏਟ ਬੱਚਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਪੜ੍ਹਨਾ ਸੀਗਾ ਪੀਟਰਬਰੋ ਦੇ ਵਿੱਚ ਜਿਹੜਾ 3-4 ਘੰਟੇ ਦਾ ਰਸਤਾ ਸੀ ਟੋਰੰਟੋ 'ਚ ਉੱਥੇ ਕੋਈ ਉੱਥੇ ਬਹੁਤ ਜੇ ਨੈੱਟ 'ਤੇ ਦੇਖਿਆ ਜਾਵੇ ਤਾਂ ਉਹਦੀ ਸਿਟੀ ਦੇ ਬਾਰੇ ਡਿਟੇਲ ਦੇਖੀ ਜਾ ਸਕਦੀ ਕਿੰਨੀ ਪਾਪੂਲੇਸ਼ਨ ਕੀ ਹੈਗਾ ਬਹੁਤ ਸਾਰੇ ਬੱਚੇ ਸਾਡੇ ਉੱਥੇ ਪੜ੍ਹਨ ਗਏ ਨੇ ਸਾਰੇ ਕਾਲਜਾਂ 'ਚ ਜਾਂਦੇ ਨੇ ਕੋਰਸ ਅਗਰ ਸੂਟੇਬਲ ਹੋਵੇ ਤਾਂ ਉੱਥੇ ਹੀ ਭੇਜੀਦਾ ਹੈਗਾ ਭੇਜਣਾ ਪੈਂਦਾ ਵੀ ਜਿਹੜੇ ਕਾਲਜ 'ਚ ਕੋਰਸ ਸੂਟੇਬਲ ਹੈਗਾ ਅਤੇ ਉਸੇ ਦੇ ਵਿੱਚ ਸੂਟੇਬਲ ਕੋਰਸ ਰੈਲੇਵੈਂਟ ਪ੍ਰੋਗਰਾਮ 'ਚ ਵੀਜ਼ਾ ਲੱਗਣਾ ਹੈਗਾ ਸੋ ਉੱਥੇ ਵੀ ਉਹ ਇੱਕ ਅੱਛਾ ਸ਼ਹਿਰ ਹੈਗਾ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਬੱਚੇ ਪੜ੍ਹਦੇ ਪਏ ਨੇ ਅਸੀਂ ਖਾਸ ਤੌਰ 'ਤੇ ਕੈਨੇਡਾ 'ਚ ਔਫਿਸ ਜਿਹੇ ਨੇ ਸੈਸਕਾਟੂਨ ਬ੍ਰੈਂਪਟਨ ਦੇ ਵਿੱਚ ਪੂਰੀ ਕੇਅਰ ਕਰਦੇ ਹਾਂ ਏਅਰਪੋਰਟ ਪਿਕਅਪ ਰੈਜੀਡੈਂਸ ਅਰੇਂਜਮੈਂਟ ਹਰ ਚੀਜ਼ ਦੀ ਕੇਅਰ ਹੈਗੀ ਹੈ ਪਰ ਹੁੰਦਾ ਹੈ ਕਿ ਰਿਲੇਟਿਵ ਹੈ ਜਾਂ ਕੋਈ ਬੜੇ ਵੱਡੇ ਸ਼ਹਿਰ 'ਚ ਰਹਿਣਾ ਜਾਂ ਇਹ ਛੋਟੀ ਛੋਟੀਆਂ ਗੱਲਾਂ ਦੇ ਲਾਲਚ ਦੇ ਵਿੱਚ ਸੈਨਿਕਾ ਕਾਲਜ ਦੇ ਵਿੱਚ ਉਹਨਾਂ ਨੇ ਕਹਿੰਦੇ ਜੀ ਐਡਮਿਸ਼ਨ ਲੈ ਰਹੇ ਸੀ ਪੋਸਟ ਸੈਕੰਡਰੀ ਜਿਹੜਾ ਹੈ ਕਿਉਂਕਿ ਪੋਸਟ ਥੱਲੇ ਆ ਗਿਆ ਪ੍ਰੋਗਰਾਮ ਵਾਸਤੇ ਚਾਹੀਦੇ ਨੇ ਸਾਰੇ ਚੜ੍ਹਨ ਦੀ ਬਜਾਏ ਥੱਲੇ ਆ ਗਿਆ ਬਿਲਕੁਲ ਥੱਲੇ ਆ ਗਿਆ ਪੋਸਟ ਸੈਕੰਡਰੀ ਦਾ ਮਤਲਬ ਪੋਸਟ ਸੈਕੰਡਰੀ ਦਾ ਮਤਲਬ 12ਵੀਂ ਕਲਾਸ ਤੋਂ ਬਾਅਦ ਜਿਹੜੇ ਉਹਨਾਂ ਦੇ ਮਤਲਬ ਹੁਣ ਇਹ ਬੱਚਾ ਜਿੱਥੇ ਬੈਠੇਗਾ ਬੀਟੈਕ ਵਾਲਾ 4 ਸਾਲ ਦੀ ਡਿਗਰੀ ਕਰਕੇ ਜਿਹੜੀ ਕਲਾਸ ਵਿੱਚ ਬੈਠਾ ਹੋਏਗਾ ਉੱਥੇ ਇਸ ਦੇ ਨਾਲ ਦੇ ਜ਼ਿਆਦਾਤਰ ਬੱਚੇ ਤਕਰੀਬਨ 100-99 ਬੱਚੇ ਜਾਂ 1-2 ਨੂੰ ਕੋਈ ਸ਼ਾਇਦ ਇਸ ਤਰ੍ਹਾਂ ਹੀ ਕੋਈ ਗਲਤੀ ਕਰਕੇ ਜਾਏਗਾ ਅਦਰਵਾਈਜ਼ ਮੋਸਟ ਸਾਰੇ ਬੱਚੇ 12ਵੀਂ ਵਾਲੇ ਕਲਾਸ ਵਾਲੇ ਹੋਣਗੇ ਸੋ ਉਹ ਜਿਹੜਾ ਹੈ ਕਿਸ ਨਾਲ ਬੈਠਣਾ ਸਵਾਲ ਆ ਗਿਆ ਕਿ ਉਹ ਪੱਕਾ ਨਹੀਂ ਹੋਊਗਾ ਤੁਸੀਂ ਦੱਸ ਰਹੇ ਸੀ ਐਸੇ ਲੋਕਾਂ ਨੂੰ ਸ਼ਾਇਦ ਪਰਮਾਨੈਂਟ ਐਕਚੁਅਲੀ ਦੇ ਰਿਹਾ ਸੀ ਕਿ ਵੀ ਮੋਸਟ ਜਿਹੜੇ ਸਟੂਡੈਂਟ ਨੇ ਉਹ 12ਵੀਂ ਵਾਲੇ ਹੋਣਗੇ ਤੇ ਉਹਦਾ ਮਤਲਬ ਕੀ ਹੈ ਕਿ ਇੱਕ ਬੱਚਾ ਡਿਗਰੀ ਉਹ 4 ਸਾਲ ਦੀ ਡਿਗਰੀ ਤਾਂ ਬੇਕਾਰ ਹੀ ਚਲੀ ਗਈ ਸੋ ਮਤਲਬ ਐਕਚੁਅਲੀ ਜਿਹੜਾ 12 ਤੇ 4 16 ਤੇ 17ਵੀਂ ਕਲਾਸ ਹੀ ਜਾਂਦਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਤੇ ਅਪਗ੍ਰੇਡੇਸ਼ਨ ਆਫ ਐਜੂਕੇਸ਼ਨ ਉੱਪਰ ਦੇ ਲੈਵਲ ਤੇ ਜਾਣੀ ਸੀਗੀ ਜਦੋਂ ਕਿ ਜਿਹੜਾ 12ਵੀਂ ਤੋਂ ਬਾਅਦ 13ਵੀਂ ਕਲਾਸ ਹੀ ਚਲਾ ਗਿਆ ਜਿਹਦੇ 'ਚ 12ਵੀਂ ਕਲਾਸ ਵਾਲੇ ਬੱਚੇ ਨੇ ਐਡਮਿਸ਼ਨ ਲਿੱਤੀ ਮਤਲਬ 16 ਕਲਾਸਾਂ ਕਰਕੇ 13ਵੀਂ ਕਲਾਸ ਹੀ ਜਾ ਕੇ ਡੀਗ੍ਰੇਡੇਸ਼ਨ ਆਫ ਐਜੂਕੇਸ਼ਨ ਹੋ ਗਈ
ਸੋ ਉਹ ਜਿਹੜਾ ਹੈਗਾ ਵੀਜ਼ਾ ਅਗਰ ਇਸ ਦੇ ਵਿੱਚ ਕਿਤੇ ਇਹਨੇ ਵੀਜ਼ਾ ਲਾਇਆ ਹੁੰਦਾ ਅੰਬੈਸੀ ਦੇ ਵਿੱਚ ਤਾਂ ਸਵਾਲ ਹੀ ਨਹੀਂ 100% ਗਰੰਟੀ ਨਾਲ ਉਹਦਾ ਰਿਫਿਊਜ਼ ਹੋਣਾ ਸੀ ਪੋਸਟ ਸੈਕੰਡਰੀ ਪ੍ਰੋਗਰਾਮ ਵਿੱਚ। ਲੇਕਿਨ ਅਸੀਂ ਜਿਹੜਾ ਹੈ ਸੈਟਿੰਗ ਬਿਠਾ ਕੇ ਪੋਸਟ ਗ੍ਰੈਜੂਏਟ ਲੈਵਲ ਦੇ ਵਿੱਚ ਜੋ ਵੀ ਕਾਲਜ ਸੀ ਫਲੈਮਿੰਗ ਦੇ ਵਿੱਚ ਲੈ ਕੇ ਵੀਜ਼ਾ ਦੇ ਦਿੱਤਾ, ਉੱਥੇ ਜਾ ਕੇ ਇੱਕ ਵਾਰੀ ਵੰਸ਼ ਉੱਥੇ ਚਲਾ ਗਿਆ ਅਤੇ ਚਲੋ ਉਸਨੇ ਆਪਣੀ ਮਰਜ਼ੀ ਕਰ ਲਈ ਕਿਉਂਕਿ ਅੰਬੈਸੀ ਫਿਲਹਾਲ ਉਹਦੇ ਨਾਲ ਨਹੀਂ ਹੈਗੀ। ਅੰਬੈਸੀ ਦਾ ਰੋਲ ਕਦੋਂ ਆਏਗਾ? ਜਦੋਂ ਇਹਨੇ ਬੱਚੇ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਵਾਸਤੇ ਅੰਬੈਸੀ ਨੂੰ ਅਪਲਾਈ ਕੀਤਾ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਅਪਲਾਈ ਕੀਤਾ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਗਿਆ ਅਤੇ ਪੀ ਆਰ ਵਾਸਤੇ ਅਪਲਾਈ ਕੀਤਾ, ਇਸ ਡਿਊਰੇਸ਼ਨ ਦੇ ਵਿੱਚ 2-3-4-5 ਸਾਲਾਂ ਦੇ ਵਿੱਚ ਜਦੋਂ ਵੀ ਕੋਈ ਰੂਲ ਚੇਂਜ ਹੋਏ ਜਾਂ ਕੋਈ ਸਟ੍ਰਿਕਟ ਵੀਜ਼ਾ ਅਫੀਸਰ ਹੋਇਆ, ਉਸ ਨੇ ਜਾਂ ਤਾਂ ਸਾਫ਼ ਕਹਿ ਕੇ ਕਿ ਬਈ ਤੁਸੀਂ ਇੱਕ ਜੈਨੂਅਨ ਸਟੂਡੈਂਟ ਜਾਂ ਜੈਨੂਅਨ ਜਿਹੜਾ ਹੈ ਟੈਂਪਰੇਰੀ ਰੈਜੀਡੈਂਟ ਨਹੀਂ ਹੈਗੇ ਹੋ, ਜਾਂ ਉਸਨੇ ਕੋਈ ਹੋਰ ਰੀਜ਼ਨ ਦੇ ਕੇ ਜਦੋਂ ਇਹ ਗੱਲ ਦੇ ਦਿਮਾਗ 'ਚ ਆਉਂਦਾ ਹੈ ਕਿ ਇਹ ਵਟ ਇਜ਼ ਦਿਸ, ਇਹ ਜਿਹੜੇ ਕਾਲਜ ਚੇਂਜ ਕਰਨਾ, ਅਸੀਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹੈਗੇ ਹਾਂ, ਇਹ ਇੱਕ ਅਨਐਥੀਕਲ ਜੀ ਜਿਹੜੀ ਗਲਤ ਜੀ ਪ੍ਰੈਕਟਿਸ ਹੈਗੀ ਹੈ ਜਿਹਦੇ ਜਿਸ ਦੇ ਨਾਲ ਕੰਸਲਟੈਂਟ ਨੂੰ ਪ੍ਰੋਬਲਮ, ਕਾਲਜ ਨੂੰ ਬਹੁਤ ਸਾਰਾ ਪ੍ਰੋਬਲਮਸ, ਔਰ ਅੰਬੈਸੀ ਨੂੰ ਵੀ ਇਸ ਗੱਲ ਦੀ ਜਿਹੜੀ ਸਾਡੀ ਮੀਟਿੰਗ ਬੀਂਗ ICCRC ਮੈਂਬਰ ICCRC ਦੇ ਨਾਲ ਵੀ ਗੱਲਬਾਤ ਹੁੰਦੀ ਹੈ, ਵੈਬੀਨਾਰਸ ਚੱਲਦੇ ਨੇ, ਮੀਟਿੰਗਸ ਹੁੰਦੀਆਂ ਨੇ, ਔਰ ਦੂਜਾ ਜਿਹੜਾ ਹੈਗਾ ਸਾਰਾ ਕੈਨੇਡਾ ਅੰਬੈਸੀ ਤੋਂ ਅਪਡੇਟਸ ਆਉਂਦੀਆਂ ਨੇ, ਕਾਲਜਿਸ ਯੂਨੀਵਰਸਿਟੀ ਦੇ ਹੈਡਸ ਦੇ ਨਾਲ ਸਿੱਧੀਆਂ ਗੱਲਬਾਤਾਂ ਹੁੰਦੀਆਂ, ਹਰ ਕਿਸੇ ਨੂੰ ਪ੍ਰੋਬਲਮ ਹੈਗੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਡੈਫੀਨੇਟਲੀ ਦਿੱਕਤ ਆਏਗੀ। ਅਗਰ ਇਸ ਤਰ੍ਹਾਂ ਦੀ ਕੋਈ ਵੀ ਤੁਹਾਡੇ ਦਿਮਾਗ ਵਿੱਚ ਗੱਲ ਚੱਲਦੀ ਹੈਗੀ ਹੈ, ਸੋਚ ਵਿਚਾਰ ਚੱਲਦਾ ਜਾਂ ਕੁਛ ਕਰਨਾ ਚਾਹੁੰਦੇ ਹੈਗੇ, ਡੈਫੀਨੇਟਲੀ ਸਾਡੇ ਨਾਲ ਕੰਟੈਕਟ ਕਰੋ ਕਿ ਸਹੀ ਹੈ ਗਲਤ ਹੈ, ਸਹੀ ਰਾਹ 'ਤੇ ਭੇਜਾਂਗੇ, ਗਲਤ ਰਾਹ ਤੋਂ ਬਚਾਵਾਂਗੇ। ਜੀ ਜਿਹੜਾ ਡਾਕਟਰ ਸਾਹਿਬ ਨੇ ਤਾਰੀਫ ਕੀਤੀ ਹੈ ICCRC ਦੀ, ਔਰ ICCRC ਬੋਡੀ ਦਾ ਇੱਕ ਬਹੁਤ ਵੱਡਾ ਫਾਇਦਾ ਹੈਗਾ, ICCRC ਟ੍ਰੇਨਡ ਕੰਸਲਟੈਂਟ ਦਾ ਬਹੁਤ ਫਾਇਦਾ ਹੈਗਾ, ਉਹਨੂੰ ਅਸੀਂ ਫਿਰ ਪ੍ਰਮੋਟ ਨਹੀਂ ਕਰ ਰਹੇ, ਕੈਨੇਡੀਅਨ ਸਰਕਾਰ ਖੁਦ ਕਰ ਰਹੀ ਹੈ ਕਿ ਇਹਨਾਂ ਦੇ ਥਰੂ ਆਓ। ਸੋ ਇੱਕ 2 ਵੀਡੀਓਜ਼ ਉਹਨਾਂ ਨੇ ਆਪਣੇ ਵੱਲੋਂ ਬਣਾਈਆਂ ਬੱਚਿਆਂ ਨੇ, ਉਹ ਤੁਹਾਨੂੰ ਦਿਖਾਵਾਂਗੇ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਜਾਰੀ ਰਹੇਗਾ। Canadian law requires an immigration consultant to be licensed by ICCRC. Punishment for unlawful representation may include a fine of up to $100,000 and imprisonment for up to 2 years. Visit our website to find a licensed, regulated Canadian immigration consultant. Not licensed, not legal. He said he would help us to go to Canada. We trusted him with our savings. But he didn't understand Canadian law. The government said that they never got our application forms. We were victims of fraud. Not licensed, not legal. ਸੋ ਇਹ ਵੀਡੀਓ ਸੀਗੀ ਜੀ, ਮੇਰੇ ਖਿਆਲ ICCRC ਦਾ ਜਿਹੜਾ ਫਾਇਦਾ ਹੈਗਾ ਉਹ ਤੁਹਾਨੂੰ ਜ਼ਰੂਰ ਲੈਣਾ ਚਾਹੀਦਾ। ਡਾਕਟਰ ਸਾਹਿਬ ਉਹਨਾਂ ਦੇ ਵਿੱਚੋਂ ਇੱਕ ਨਹੀਂ, ਡਾਕਟਰ ਸਾਹਿਬ ਅੱਜ ਕੱਲ੍ਹ ਪੰਜਾਬ ਦੇ ਵਿੱਚ ਐਡਵਰਟੀਜ਼ਮੈਂਟ ਆ ਰਹੀ ਹੈ 5 ਬੈਂਡ 5.5 ਬੈਂਡ। ਮੈਂ ਨਹੀਂ ਕਹਿੰਦਾ ਕਿ ਕੋਈ ਐਡਵਰਟੀਜ਼ਮੈਂਟ ਗਲਤ ਹੈ ਜਾਂ ਕਿਸੇ ਨੂੰ ਅਸੀਂ ਭੰਡ ਨਹੀਂ ਰਹੇ ਜਾਂ ਕੋਈ ਵਿਸ਼ਾ ਸਾਡਾ ਕੋਈ ਟਾਰਗੇਟ ਨਹੀਂ ਹੈ, ਕਿਸੇ ਨੂੰ ਬੰਦੇ ਨੂੰ ਅਸੀਂ ਪਿੰਚ ਨਹੀਂ ਕਰ ਰਹੇ। ਮੈਂ ਸਿਰਫ ਇੰਨਾ ਪੁੱਛਣਾ ਚਾਹ ਰਿਹਾ ਕਿ ਤੁਸੀਂ ਵੀ ਆਫ ਦਾ ਰਿਕਾਰਡ ਦੱਸ ਰਹੇ ਸੀ ਕਿ ਤੁਹਾਡਾ ਵੀ ਵੀਜ਼ਾ ਜਿਹੜਾ ਹੈਗਾ ਇੱਕ ਮੇਰੇ ਖਿਆਲ 6 ਨੋਟ ਲੈਸ ਦੈਨ 5 ਜਾ ਗਿਆ, ਓਵਰਆਲ 6 ਨੋਟ ਲੈਸ ਦੈਨ 5। ਅਕਸਰ ਮੈਂ ਗੱਲ ਕਰਦਾ, ਦੇਖੋ ਹਾਂਜੀ ਤੁਸੀਂ ਪੂਰਾ ਕਰੋ ਸਵਾਲ। ਜੀ ਮੈਂ ਸਵਾਲ ਸਿਰਫ ਇਹ ਪੁੱਛ ਰਿਹਾ ਕਿ ਇਹ ਜਿਹੜੀ ਇੱਕ ਐਡਵਰਟੀਜ਼ਮੈਂਟ ਹੈ, ਪ੍ਰੈਕਟਿਸ ਹੈ, ਕਿ ਇਹ ਸਹੀ ਹੋ ਰਹੀ ਹੈ? ਇਹਦੇ ਵਿੱਚ ਕੁਝ ਬੱਚੇ ਗਲਤ ਵੀ ਫਸ ਜਾਂਦੇ ਨੇ, ਪਰਸੈਂਟੇਜ ਲੋਅ ਵਾਲੀ ਵੀ ਚੱਕ ਲਈ ਜਾਂਦੀ ਹੈ। ਸੋ ਕਿਸ ਨੂੰ ਪ੍ਰੋਫਾਈਲ ਨੂੰ ਸਾਨੂੰ ਕੈਨੇਡਾ ਦੇ ਵਿੱਚ ਪਾਉਣਾ ਚਾਹੀਦਾ, ਕਿਹੜਾ ਵੀਕ ਪੁਆਇੰਟ ਅੱਜ ਕਾਮਯਾਬ ਹੋ ਸਕਦਾ? ਬਿਲਕੁਲ, ਦੇਖੋ ਸੁਖੀ ਸਾਹਿਬ, ਮੇਰੇ ਕੋਲ ਇੰਨੇ ਬੱਚੇ ਆਉਂਦੇ ਨੇ, ਹਰੇਕ ਨੂੰ ਮੈਂ ਆਪ ਮਿਲਦਾ, ਆਫਿਸ ਦੇ ਵਿੱਚ ਮਿਲਦਾ, ਸੈਮੀਨਾਰ ਮਿਲਦਾ, ਉਹ ਬੱਚਿਆਂ ਨੂੰ ਜੀ ਉਹ ਬੜੇ ਜਿਹੜੀ ਮੁਸਕਰਾਹਟ ਹੁੰਦੀ ਹੈ, ਸਮਾਈਲ ਹੁੰਦੀ ਹੈ, ਕਨਿੰਗ ਸਮਾਈਲ, ਉਹਨਾਂ ਨੂੰ ਕਰਕੇ ਦੱਸਦੇ ਨੇ, ਕਹਿੰਦਾ ਕੰਸਲਟੈਂਟਸ ਦੇ ਨਾਂ ਲੈਂਦੇ ਨੇ ਕਿ ਜੀ ਫਲਾਣਾ ਬੰਦਾ ਇੱਦਾਂ ਕਰਦਾ ਪਿਆ ਹੈਗਾ। ਉਹ ਸਾਰਿਆਂ ਨੂੰ ਸਭ ਕੁਝ ਪਤਾ ਹੁੰਦਾ ਕੌਣ ਗਲਤ ਹੈ ਕੌਣ ਸਹੀ ਹੈ, ਔਰ ਵਾਹਿਗੁਰੂ ਦੀ ਮਿਹਰ ਹੈਗੀ ਹੈ ਕਿ ਉਹ ਰੱਬ ਨੇ ਇਸ ਸੋਚ ਦਿੱਤੀ ਇਹ ਕਿ ਵੀ ਕੰਮ ਜਿਹੜਾ ਕਰਨਾ ਸਹੀ ਰਸਤੇ 'ਤੇ ਹੀ ਕਰਨਾ, ਔਰ ਸਹੀ ਰਸਤੇ 'ਤੇ ਚੱਲਦੇ ਚੱਲਦੇ ਹੀ ਅੱਜ ਉਹ ਮੁਕਾਮ ਆ ਗਿਆ ਕਿ ਵਾਹਿਗੁਰੂ ਦੀ ਇੰਨੀ ਮਿਹਰ ਕਿ ਵੀ
ज़्यादा तो चाहिए ही नहीं, लेकिन जिन्ना कि चाहिए है इनफ हैगा, मुकदा नहीं, मुकदी गल। और सब तो वड्डी जिहड़ी गल है, तुहाडा मान जिहड़ा प्यार जिहड़े मेरे स्टूडेंट्स बच्चे पेरेंट्स भैन भरा दिंदे ने, वो जिहड़ा सिर मत्थे ते, वो सब तो ज़्यादा वैल्यूएबल है। पैसा एक छोटी चीज़ हैगी है, लेकिन जिहड़ा है उस दे चलदे सारां नूं पता वी कम असीं बिल्कुल जो गल सही है उही करनी है। डेफिनेटली लो बैंड वाले भी वीजे लगदे है, कोई प्रॉब्लम नहीं। असी कदे भी असी हमेशा क्या है कि लगते ने ओवरऑल एम्बेसी की जी है एस पी पी जरा इंडिया वास्ते स्पैशल कढ़िया जरा प्रोग्राम स्टूडेंट पार्टनर्स प्रोग्राम उस दे दी जी है वैबसाइट पर एस पी पी की चैकलिस्ट के साफ लिखा है कि वो सोचते ने चाहते ने कि 6 ओवरऑल और नॉट लैस दैन 5.5 इन एनी मॉड्यूल हो। लेकिन अगर इस तो बच्चा नैचुरली घट बैंड है तो असी मैं मिलते ने उदों भी सोचते भी हमेशा ही गल करता रहा भी कोशिश करो अगर घट आ गए 2-3-4 बार होर दे लो, मैक्सीमम बेस्ट तुहाडे आयलट्स बैंड आ जान। जिस बच्चे ने नैचुरली 3-4-5 बारी दे दिता तो उन्हों साडा हो गया कि भी बच्चा भी थक जाता, सानू भी लग गया कि इनफ हो गया, तो वो जे घट गए फिर असी जरूर कोशिश करांगे। साडे अपने तरीके ने सुचजे ढंग नाल तरीकेवार सही राह दे नाल जिन्हों कहने जिदा मैं पहला करता सी अर्जुन वाले तीर वाली गल हैगी है, तीर ते निशाना सही होना चाहिए हैगा। सो वो असी एक एफर्ट जरूर करांगे, पहला एक कह के भी बच्चे जरूर एफर्ट। कई बार बच्चा पहली एक बार जी तुसी गल की बच्चे के 5.5 बैंड आ गए या 6 आ गए नॉट लैस दैन 5 आ गए, एक दे विच 5 बैंड हैगे ने, ते वो जिहड़ा बच्चा पहली बार कहिंदा जी मेरा नहीं मन करता, मन ना करन वाला ते कोई असी देखो मन ना करना ये तो कोई गल नहीं हैगी। ते मैं गल करदा कर रहा सीगा कि मेरे अपने तरीके ने जिंदगी नूं जिहड़ा वाहिगुरु ने मेहर कीती जिस रस्ते ते चल के अज कामयाबी हासिल कीती है। गॉड हैल्प्स दोज हू हैल्प दैमसैल्व्स, वाहिगुरु उन्हां दी मेहर करदा जिहड़े कोई अपने बारे जिहड़ा मतलब साफ सुथरे रस्ते ते सही करके कोशिश तां करो यार, मतलब एक जेन्युइन एफर्ट तां होवे ना। मैं ये कहना भी 5 वारी बच्चे ने आयलट्स दे लिया पैर घट गए ते नैचुरली भी उहदे कोले रीजन हैगा, मेरे कोल भी रीजन है भी आ जावे हुण मैं देखदा कोई गल नहीं, आई विल डू माई बेस्ट। और यकीन करना संतू साहब तुहानूं भी पता है कि जिन्ने भी मेरे ख्याल में जिन्ने भी घट बैंड वाले केस लाए आलमोस्ट सारे दे वीजे लगे, लेकिन लाए बहुत घट। मैं प्रमोट नहीं करता इस चीज नूं क्योंकि भी पहला कोशिश कर लेनी चाहिए और ज्यादातर बच्चे एस पी पी चलाने जनरल च ट्राई करनी चाहिए। एस पी पी तो लगेगा नहीं, एस पी पी का जिदा मैं गल दसिया जी ओवरऑल 6 नॉट लैस दैन 5.5 नहीं है, सवाल ही नहीं एस पी पी दी एलिजिबिलिटी नहीं बनती, एलिजिबिलिटी हैगी एस पी पी च नहीं लगेगा या जनरल च लगेगा या यूनिवर्सिटी च लगेगा। सो मेरे जी गल कर रहा मैं घट केस लाए जिन्हें लाए सारे वीजे लगे, लेकिन मेरे ज्यादातर बच्चे जिहड़े ने उन्होंने मैं जदों एडवाइस करदा कि तुसीं बेटा यार तुसीं जोर ला के समझा के प्यार नाराजगी उन्होंने पेरेंट्स नूं समझाया तां तुसीं यार होर कर लो। मेरे अक्सर मैं मेरे मुँह निकलता हुंदा भी यार 2 वारी होर दे लाएं, जिथे लखां रुपए का प्रोजेक्ट है 10-20 हज़ार रुपये एक बार आयलट टेस्ट रेट का लैना है, 2 डेटा लिया 20 हज़ार रुपया लग गया, थोड़ी जी मेहनत लग गई तो आयलट्स वाले ਤੁਹਾਨੂੰ ਨਾਲ ਥੋੜੀ ਲੈ ਜਾਣਗੇ ਘਰੇ ਤਾਂ ਵਾਪਸ ਭੇਜਣਗੇ, ਆਈਲੈਟਸ ਘੱਟ ਆ ਜਾਣਗੇ ਕੋਈ ਗੱਲ ਨਹੀਂ, ਬੈਂਡ ਘੱਟ ਆ ਜਾਣਗੇ ਆਪਾਂ ਦੇਖ ਲਾਂਗੇ ਫਿਰ ਕਰਾਂਗੇ ਕੁਛ ਨਾ ਕੁਛ। ਬਿਲਕੁਲ ਠੀਕ ਹੈ, ਐਸੀ ਕੋਈ ਗੱਲ ਨਹੀਂ ਲੱਗਦੇ ਨੇ ਵੀਜ਼ੇ, ਲੇਕਿਨ ਫਿਰ ਇੱਕ ਹੋਰ ਜਿਹੜੀ ਹਦਾਇਤ ਮੇਰੀ ਹੈਗੀ ਹੈ ਇਹ ਕਿ ਅਸੀਂ ਜਦੋਂ ਕੇਸ ਲੈਂਦੇ ਹਾਂ ਘੱਟ ਬੈਂਡ ਵਾਲੇ ਉਹਨਾਂ ਦੀ ਜੈਨੂਅਨ ਜੀ ਫੀਸ ਹੁੰਦੀ ਹੈ, ਉਹ ਵੀ ਜਿਹੜੀ ਸਾਡੀ ਕਮਾਈ ਹੈਗੀ ਹੈ ਉਹ ਅਸੀਂ ਆਫਟਰ ਵੀਜ਼ਾ ਲੈਂਦੇ ਹਾਂ, ਜਿਹੜੇ ਮਿਹਨਤ ਹੁੰਦੀ ਹੈ ਬਹੁਤ ਜ਼ਿਆਦਾ ਕੋਈ ਖਰਚੇ ਹੁੰਦੇ ਨੇ ਉਹ ਅਸੀਂ ਲੈਂਦੇ ਹਾਂ ਪਹਿਲਾਂ ਥੋੜ੍ਹੀ ਜਿਹੀ ਫੀਸ। ਔਰ ਜ਼ਿਆਦਾ ਜਿਹੜੀ ਕੋਈ ਕਮਾਈ ਵਾਲੀ ਗੱਲ ਕਰੀਏ ਜਿਹਦੇ 'ਚ ਸਾਡੀ ਵਾਕਈ ਐਕਸਪਰਟੀਜ਼ ਔਰ ਮਿਹਨਤ ਲੱਗੀ ਆ ਉਹ ਕਮਾਈ ਅਸੀਂ ਵੀਜ਼ਾ ਤੋਂ ਬਾਅਦ ਲੈਂਦੇ ਤਾਂ ਕਿ ਵੀਜ਼ਾ ਲੱਗਿਆ ਤਾਂ ਬੱਚੇ ਨੂੰ ਵੀ ਬੈਨੀਫਿਟ ਅਤੇ ਸਾਨੂੰ ਵੀ ਕੋਈ ਬੈਨੀਫਿਟ ਹੋ ਜਾਵੇ। ਲੇਕਿਨ ਜਿਹੜੇ ਲੱਖਾਂ ਰੁਪਏ ਲੈਣੇ ਆ ਔਰ ਕੀ ਕਹਿੰਦੇ ਅਨਰੈਕਗਨਾਈਜ਼ਡ ਇਲੀਗਲ ਅਨਰੈਕਗਨਾਈਜ਼ ਕਿਸੇ ਵੀ ਕੰਸਲਟੈਂਟ ਕੋਲੋਂ ਜਿਹਨੂੰ ਇੰਨੀ ਕੋਈ ਸਮਝ ਨਹੀਂ ਆ ਜ਼ਿਆਦਾ ਗਹਿਰਾਈ ਦੇ ਨਾਲ ਉਸ ਤੋਂ ਕੇਸ ਫਟਾ ਕੇ ਜਦੋਂ ਛੱਟਣ ਵਾਲਾ ਕੰਮ ਕਰ ਦੇਣਾ ਔਰ ਰਿਫਿਊਜ਼ ਫਿਰ ਕਰਵਾ ਕੇ ਮੁਸ਼ਕਿਲ ਹੋ ਜਾਂਦਾ। ਰਿਫਿਊਜ਼ ਕਰਾਉਣ ਤੋਂ ਬਾਅਦ ਤਾਂ ਜਿਹੜਾ ਹੈ ਫਿਰ ਮੈਂ ਵੀ ਅਗਰ ਉਹਨੂੰ ਕੋਸ਼ਿਸ਼ ਕਰੂੰਗਾ ਤਾਂ ਚਾਂਸਿਸ ਦੀ ਦਿੱਕਤ ਆਉਂਦੀ, ਜਿਸ ਤਰ੍ਹਾਂ ਥੋੜ੍ਹੀ ਦੇਰ ਜਿਹੜਾ ਆਫ ਦਾ ਰਿਕਾਰਡ ਜਦੋਂ ਤੁਸੀਂ ਗੱਲ ਕਰਦੇ ਸੀਗੇ ਕਿ ਮੈਂ ਸੰਧੂ ਸਾਹਿਬ ਇੱਕ ਗਵਾਹ ਨੇ ਕਿ ਵੀ 6 ਮਹੀਨੇ ਪਹਿਲਾਂ ਕੋਈ ਕੇਸ ਆਇਆ ਸੀ ਮੇਰੇ ਨਾਲ ਡਿਸਕਸ ਕਰਦੇ ਪਏ ਸੀ ਵੀ 6.5 ਬੈਂਡ ਤਾਂ ਠੀਕ ਸੀ, ਬੈਂਡ 7 ਸੀਗੇ, ਬਿਲਕੁਲ ਬੈਂਡ 7 ਸੀ, 52% ਨੰਬਰ 52% ਨੰਬਰ ਸੀ। ਮੈਂ ਉਹਨੂੰ ਕਿਹਾ ਸੀ 52% ਨੰਬਰ ਬਹੁਤ ਘੱਟ ਨੇ, ਉਹਦੇ ਪ੍ਰੋਫਾਈਲ ਦੇਖੀ ਬੜੇ ਘੱਟ ਚਾਂਸ ਨੇ ਵੀ ਇਹਦਾ ਲੱਗਣ ਦਾ ਚਾਂਸ ਨਹੀਂ ਹੈਗਾ। ਉਹਨਾਂ ਨੇ ਫਿਰ ਜੋ ਵੀ ਕਰਾਇਆ ਹੋਰ ਕਿਤੋਂ ਰਿਫਿਊਜ਼ ਹੋਇਆ, ਹੁਣ ਫਿਰ ਦੱਸਦੇ ਪੁੱਛ ਰਹੇ ਸੀ ਵੀ ਜੀ ਉਹ ਰਵੀ ਜੀ ਨੂੰ ਪੁੱਛੀਏ ਵੀ ਮੈਂ ਕਰਵਾਉਣਾ ਚਾਹੁੰਦਾ ਹੈਗਾ ਅਤੇ ਮੈਂ ਸ਼ਾਇਦ ਕਰਦਾ ਜੇ ਉਹ ਇਨਸਿਸਟ ਕਰਦੇ ਜਾਂ ਮੈਂ ਸੋਚਦਾ ਅਤੇ ਕਿਤੇ ਕੁਛ ਤਰੀਕੇ ਨਾਲ ਜਿਹੜਾ ਬੈਸਟ ਐਫਰਟ ਕਰਦੇ ਤਾਂ ਸ਼ਾਇਦ ਲੱਗ ਵੀ ਜਾਂਦਾ। ਲੇਕਿਨ ਜਿਹੜਾ ਕਿ ਬੈਂਡ 7 ਸੀਗੇ ਲੇਕਿਨ ਉਹ ਜਿਹੜਾ ਰਿਫਿਊਜ਼
ਹੋ ਗਿਆ ਤੇ ਉਹਦੇ ਤੋਂ ਬਾਅਦ ਹੁਣ ਮੇਰੇ ਵਾਸਤੇ ਵੀ ਚਾਂਸਸ ਦੀ ਦਿੱਕਤ ਹੈਗੀ ਹੈ ਘੱਟ ਚਾਂਸ ਹੋਣ ਜੀ ਕੁਝ ਵੀਡੀਓਜ਼ ਡਾਕਟਰ ਸਾਹਿਬ ਉਹਨਾਂ ਦੇ ਬੱਚੇ ਜਿਹੜੇ ਕੈਨੇਡਾ ਜਾ ਚੁੱਕੇ ਨੇ ਜਾਂ ਜਾਣ ਵਾਲੇ ਨੇ ਜਾਂ ਵੀਜ਼ਾ ਆਏ ਨੇ ਆਪਣਾ ਤਜਰਬਾ ਸਾਂਝਾ ਕਰਨਗੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਦੋ ਤਿੰਨ ਬਹੁਤ ਇੰਪੋਰਟੈਂਟ ਟੌਪਿਕਸ ਤੁਹਾਡੇ ਨਾਲ ਸਾਂਝੇ ਕਰਾਂਗੇ ਮੇਰਾ ਨਾਮ ਜਸਕਮਲ ਕੌਰ ਹੈ ਐਂਡ ਮੈਂ ਤਲਵੰਡੀ ਭੰਗੇਰੀ ਤੋਂ ਬਿਲੋਂਗ ਕਰਦੀ ਹਾਂ ਅੱਜ ਮੈਂ ਪਾਇਨੀਅਰ ਇਮੀਗ੍ਰੇਸ਼ਨ ਤੋਂ ਆਪਣਾ ਵੀਜ਼ਾ ਰਿਸੀਵ ਕਰਨ ਆਈ ਹਾਂ ਐਂਡ ਮੈਂ 12th ਕਲਾਸ ਪਾਸ ਕਰਨ ਤੋਂ ਬਾਅਦ ਆਪਣਾ ਇੱਥੋਂ ਪਾਸ ਵੀਜ਼ਾ ਅਪਲਾਈ ਕਰਨ ਆਈ ਸੀਗੀ ਇਹਨਾਂ ਨੇ ਮੈਨੂੰ ਬਹੁਤ ਵਧੀਆ ਕੋਰਸ ਅਤੇ ਕਾਲਜ ਚੂਜ਼ ਕਰਕੇ ਦਿੱਤਾ ਹੋਇਆ ਲੈਂਗੜਾ ਕਾਲਜ ਐਂਡ ਹੈਲਥ ਸਾਇੰਸ ਡਿਪਲੋਮਾ ਚੂਜ਼ ਕਰਕੇ ਦਿੱਤਾ ਹੋਇਆ ਐਂਡ ਇਹਨਾਂ ਮੇਰੀ ਫਾਈਲਿੰਗ ਬਹੁਤ ਵਧੀਆ ਕੀਤੀ ਆ ਐਂਡ ਮੇਰੇ 6 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਹੋਇਆ ਮੇਰੇ ਪਾਇਨੀਅਰ ਇਮੀਗ੍ਰੇਸ਼ਨ ਦਾ ਥੈਂਕਸ ਕਰਦੀ ਹਾਂ ਅਤੇ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਇੱਥੋਂ ਆਪਣਾ ਵੀਜ਼ਾ ਜ਼ਰੂਰ ਲਓ ਐਂਡ ਹੇਅਰ ਇਜ਼ ਮਾਈ ਪਾਸਪੋਰਟ ਮੇਰਾ ਨਾਮ ਮਨਜੋ ਸਿੰਘ ਹੈ ਜੀ ਮੈਂ ਪਿੰਡ ਮਹਿਰਾਜ ਵਾਲਾ ਪਿੰਡ ਮਹਿਰਾਜ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਪੋਇਨੀਅਰ ਆਫਿਸ ਵਿੱਚ ਆਪਣਾ ਵੀਜ਼ਾ ਲੈਣ ਆਇਆ ਹਾਂ ਜੋ ਮੇਰੀ ਕੁਆਲੀਫਿਕੇਸ਼ਨ ਪਲੱਸ ਟੂ ਕਮਰਸ ਨਾਲ ਹੈਗੀ ਹੈ ਜੋ ਕਿ ਮੈਂ 2015 ਪਾਸ ਆਊਟ ਸੀਗਾ ਅਤੇ ਮੇਰਾ ਕੋਲੇਜ ਕੋਲੰਬੀਆ ਕੋਲੇਜ ਹੈ ਜੋ ਕਿ ਵੈਨਕੂਵਰ 'ਚ ਹੈ ਅਤੇ ਮੇਰਾ ਕੋਰਸ ਹੈਗਾ ਬਿਜ਼ਨਸ ਅਤੇ ਮੈਂ ਇੱਕ ਵਾਰੀ ਸਾਰਿਆਂ ਨੂੰ ਜ਼ਰੂਰ ਕਹਿਣਾ ਵੀ ਪੋਇਨੀਅਰ ਆਫਿਸ ਜ਼ਰੂਰ ਵਿਜ਼ਿਟ ਕਰੋ ਅਤੇ ਇਹਨਾਂ ਦੀਆਂ ਸੇਵਾਵਾਂ ਪ੍ਰਾਪਤ ਕਰੋ ਅਤੇ ਇਹ ਹੈ ਮੇਰਾ ਵੀਜ਼ਾ ਮੈਂ ਗੁਰ ਆਲਮਪ੍ਰੀਤ ਸਿੰਘ ਚਹਿਲ ਮਾਨਸਾ ਜ਼ਿਲ੍ਹੇ ਦੇ ਰਹਿਣ ਵਾਲਾ ਹਾਂ ਅਤੇ ਮੈਂ ਅੱਜ ਪਾਇਨੀਅਰ ਇਮੀਗ੍ਰੇਸ਼ਨ ਦੇ ਮੋਗਾ ਆਫਿਸ ਵਿੱਚ ਆਇਆ ਹਾਂ ਆਪਣਾ ਵੀਜ਼ਾ ਲੈਣ ਦੇ ਲਈ ਮੈਂ ਸਟਾਰਟਿੰਗ ਦੇ ਵਿੱਚ ਰਵੀ ਸਰ ਕੋਲੋਂ ਗਾਈਡੈਂਸ ਲਈ ਸੀਗੀ ਵੀ ਮੈਂ ਕਿਸ ਤਰ੍ਹਾਂ ਨਾਲ ਫਾਈਲਿੰਗ ਕਰਾਵਾਂ ਜਾਂ ਕਿਹੜਾ ਕੋਰਸ ਲੈਣਾ ਹੈ ਮੈਂ ਅੱਜ ਮੇਰਾ ਵੀਜ਼ਾ ਆਇਆ ਹੈ ਸੈਨਿਕਾ ਕੋਲਜ ਦੇ ਲਈ ਬਾਇਓਟੈਕਨੋਲੋਜੀ ਕੋਰਸ 3 ਈਅਰਸ ਪ੍ਰੋਗਰਾਮ ਹੈ ਇਹ ਅਤੇ ਰਵੀ ਸਰ ICCRC ਮੈਂਬਰ ਨੇ ਅਤੇ ਬਹੁਤ ਹੀ ਚੰਗੀ ਤਰ੍ਹਾਂ ਗਾਈਡ ਕਰਦੇ ਹਨ ਜੋ ਵੀ ਬੱਚੇ ਉਹਨਾਂ ਕੋਲ ਆਉਂਦੇ ਹਨ ਅਤੇ ਮੈਂ ਅੱਜ ਬਹੁਤ ਖੁਸ਼ ਹਾਂ ਅਤੇ ਮੈਂ ਸਾਰੇ ਲੋਕ ਸਾਰੇ ਬੱਚਿਆਂ ਨੂੰ ਇਹੀ ਸੁਜੈਸ਼ਨ ਦਿੰਦਾ ਹਾਂ ਵੀ ਇੱਕ ਵਾਰੀ ਪਾਇਨੀਅਰ ਇਮੀਗ੍ਰੇਸ਼ਨ ਆਫ ਕੰਸਲਟੈਂਸੀ ਕੋਲ ਜ਼ਰੂਰ ਆਓ ਅਤੇ ਗਾਈਡੈਂਸ ਲਓ ਕਿਉਂਕਿ ਇਹਨਾਂ ਦਾ ਬਹੁਤ ਹੀ ਚੰਗਾ ਸੁਭਾਅ ਹੈ ਅਤੇ ਇਹ ਹਰ ਤਰ੍ਹਾਂ ਨਾਲ ਗਾਈਡ ਕਰਦੇ ਹਨ ਅਤੇ ਅੱਜ ਮੈਂ ਇੱਥੇ ਆਪਣਾ ਵੀਜ਼ਾ ਲੈਣ ਆਇਆ ਹਾਂ ਅਤੇ ਇਹ ਹੈ ਮੇਰਾ ਵੀਜ਼ਾ ਮਾਈ ਨੇਮ ਇਜ਼ ਗੁਰਪ੍ਰੀਤ ਕੌਰ ਐਂਡ ਆਈ ਐਮ ਏ ਗ੍ਰੈਜੂਏਟ ਐਂਡ ਵਿਦ 62% ਮਾਰਕਸ ਐਂਡ ਦੈਨ ਆਈ ਅਪੀਅਰ ਫੋਰ ਆਇਲਸ ਐਗਜ਼ਾਮ ਇਨ ਵਿੱਚ ਆਈ ਗੋਟ 6.5 ਓਵਰਆਲ ਬੈਂਡ ਸਕੋਰ ਐਂਡ ਦੈਨ ਆਈ ਕੇਮ ਟੂ ਨੋ ਅਬਾਊਟ ਪਾਇਨੀਅਰ ਇਮੀਗ੍ਰੇਸ਼ਨ ਫਰੋਮ ਮਾਈ ਰਿਲੇਟਿਵਸ ਐਂਡ ਆਈ ਵਿਜ਼ਿਟਡ ਦੇਅਰ ਆਫਿਸ ਇਨ ਫਿਰੋਜ਼ਪੁਰ ਐਂਡ ਆਈ ਮੈਟ ਮਿਸਟਰ ਰਵੀ ਗਰਗ ਹੂ ਇਜ਼ ਮੈਂਬਰ ਆਫ ICCRC ਹੀ ਟੋਲਡ ਮੀ ਅਬਾਊਟ ਵੈਰੀਅਸ ਕੋਰਸਿਸ ਐਂਡ ਪ੍ਰੋਵਾਈਡ ਮੀ ਹਿਊਮਨ ਰਿਸੋਰਸ ਮੈਨੇਜਮੈਂਟ ਕੋਰਸ ਇਨ ਕੈਮਬਰੀਅਨ ਕਾਲਜ ਐਂਡ ਆਈ ਐਮ ਵੈਰੀ ਸੈਟਿਸਫਾਈਡ ਵਿਦ ਦੇਅਰ ਸਰਵਿਸ ਐਂਡ ਦੇਅਰ ਪ੍ਰੋਪਰ ਗਾਈਡੈਂਸ ਮਿਸਟਰ ਰਵੀ ਗਰਗ ਇਜ਼ ਅ ਵੈਰੀ ਨਾਈਸ ਪਰਸਨ ਐਂਡ ਆਈ ਗੋਟ ਮਾਈ ਵੀਜ਼ਾ ਵਿਦ ਇਨ 15 ਡੇਜ਼ ਐਂਡ ਆਈ ਐਮ ਵੈਰੀ ਹੈਪੀ ਨਾਓ ਮਿਸ ਕਾਜਲ ਅਰੋੜਾ ਲਾਸਟ ਈਅਰ ਪਾਸ ਮੈਂ ਪਲੱਸ ਟੂ ਫਰੋਮ DCM ਇੰਟਰਨੈਸ਼ਨਲ ਐਂਡ ਗੋਟ 92% ਮਾਰਕਸ ਇਨ ਕਾਮਰਸ ਫੀਲਡ ਆਫਟਰ ਦੈਟ ਆਈ ਅਪੀਅਰਡ ਇਨ ਦੀ ਆਈਲਟਸ ਐਗਜ਼ਾਮ ਇਨ ਵਿੱਚ ਆਈ ਗੋਟ 7.5 ਬੈਂਡਸ ਵਨ ਆਫ ਮਾਈ ਫਾਦਰਸ ਫਰੈਂਡ ਰਿਕਮੈਂਡਿੰਗ ਮੀ ਅਬਾਊਟ ਪਾਇਨੀਅਰ ਇਮੀਗ੍ਰੇਸ਼ਨ ਸੋ ਆਈ ਮੈਟ ਡਾਕਟਰ ਰਵੀ ਗਰਗ ਐਟ ਅ ਸੈਮੀਨਾਰ ਐਂਡ ਗੋਟ ਟੂ ਨੋ ਦੈਟ ਹੀ ਇਜ਼ ਅ ਮੈਂਬਰ ਆਫ ICCRC ਆਫਟਰ ਚੈਕਿੰਗ ਆਲ ਮਾਈ ਕੁਆਲੀਫਿਕੇਸ਼ਨਸ ਹੀ ਗੇਵ ਮੀ ਅ ਬਿਜ਼ਨਸ ਅਕਾਊਂਟਿੰਗ ਕੋਰਸ ਐਟ ਕੈਨੇਡਾ ਕਾਲਜ ਐਂਡ ਆਈ ਮੈਟ ਹਿਮ ਐਟ ਐਂਡ ਆਈ ਮੈਟ ਹਿਮ ਐਟ ਹਿਸ ਆਫਿਸ ਵਿਜ਼ਿਟਡ ਦੇਅਰ ਐਂਡ ਹੀ ਟੁਕ ਮੀ ਫਰੋਮ ਆਲ ਦੀ ਸਟਾਫ ਐਂਡ ਮਾਈ ਕੇਸ ਵਾਜ਼ ਅੰਡਰ ਦੀ ਸੁਪਰਵਿਜ਼ਨ ਆਫ ਮਿਸ ਆਰਸੀ ਐਟ ਦੀ ਵਨ ਆਫ ਦੀ ਸਟਾਫ ਮੈਂਬਰ ਐਟ ਦੀ ਪਾਇਨੀਅਰ ਇਮੀਗ੍ਰੇਸ਼ਨ ਸ਼ੀ ਹੈਲਪ ਮੀ ਐਟ ਐਵਰੀ ਪੁਆਇੰਟ ਆਫ ਟਾਈਮ ਆਲਸੋ ਡਾਕਟਰ ਰਵੀ ਗਰਗ ਸਪੋਰਟਡ ਮੀ ਇਨ ਐਵਰੀ ਵੇਅਰ ਹੈਲਪ ਹਿਸ ਹੈਲਪ ਵਾਜ਼ ਨੀਡਿਡ ਐਂਡ ਅਪ ਟੂਡੇ ਆਈ ਗੋਟ ਮਾਈ ਵੀਜ਼ਾ ਆਫਟਰ 15 ਡੇਜ਼ ਪ੍ਰੋਸੈਸਿੰਗ ਟਾਈਮ ਐਂਡ ਆਈ ਐਮ ਵੈਰੀ ਹੈਪੀ ਅਬਾਊਟ ਦੈਟ ਐਂਡ ਆਈ ਰਿਕਮੈਂਡ ਆਲ ਦਾ ਸਟੂਡੈਂਟਸ ਟੂ ਗੈਟ ਦੇਅਰ ਵੀਜ਼ਾ ਥਰੂ ਪਾਇਨੀਅਰ ਇਮੀਗ੍ਰੇਸ਼ਨ ਬਿਕੋਜ਼ ਦੇਅਰ ਵਰਕ ਇਜ਼ ਰੀਅਲੀ ਰਿਲਾਇਬਲ ਐਂਡ ਟ੍ਰਾਂਸਪੇਰੈਂਟ ਆਲਸੋ ਦਾ ਸਟਾਫ ਮੈਂਬਰਸ ਆਰ ਰੀਅਲੀ ਕੋਆਪਰੇਟਿਵ ਐਂਡ ਹੈਲਪਫੁਲ ਸੋ ਦਾ ਪੀਪਲ ਹੂ ਸਟੂਡੈਂਟਸ ਹੂ ਵਾਂਟ ਟੂ ਹੈਵ ਦੇਅਰ ਬ੍ਰਾਈਟ ਫਿਊਚਰ ਸ਼ੁੱਡ ਗੈਟ ਦੇਅਰ ਵੀਜ਼ਾ ਥਰੂ ਪਾਇਨੀਅਰ ਇਮੀਗ੍ਰੇਸ਼ਨ ਥੈਂਕ ਯੂ ਮੈਂ ਪ੍ਰਵੀਰ ਸਿੰਘ ਸੰਧੂ ਅਤੇ ਮੇਰੇ ਆਇਲਸ ਦੇ ਵਿੱਚੋਂ 6 ਬੈਂਡ ਆਏ ਨੇ ਅਤੇ ਮੇਰੇ ਕਿਸੇ ਫਰੈਂਡ ਨੇ ਮੈਨੂੰ ਪਾਇਨੀਅਰ ਇਮੀਗ੍ਰੇਸ਼ਨ ਬਾਰੇ ਰਿਕਮੈਂਡ ਕੀਤਾ ਅਤੇ ਜਦੋਂ ਮੈਂ ਇੱਥੇ ਵਿਜ਼ਿਟ ਕੀਤਾ ਮੈਨੂੰ ਡਾਕਟਰ ਰਵੀਗਰ ਮਿਲੇ ਅਤੇ ਮੈਨੂੰ ਪਤਾ ਚੱਲਿਆ ਕਿ ਉਹ ICCR ਦੇ ਮੈਂਬਰ ਨੇ ਉਹਨਾਂ ਨੇ ਮੈਨੂੰ ਕੋਰਸ ਦਿੱਤਾ ਮੇਰੀ ਮਨਪਸੰਦ ਦਾ ਕੰਪਿਊਟਰ ਨੈਟਵਰਕਿੰਗ ਅਤੇ ਮੇਰੀ ਫੇਵਰੇਟ ਜਗ੍ਹਾ ਬਰੈਂਪਟਨ ਦਾ ਅਤੇ ਮੇਰਾ ਵੀਜ਼ਾ ਇਨ 15 ਡੇਜ਼ ਆ ਗਿਆ ਤਿਆਰ ਰੱਖੋ ਮੇਰਾ ਵੀਜ਼ਾ ਇਹ ਸੀਗਾ ਜੀ ਕੁਝ ਵਿਦਿਆਰਥੀ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੁਣ ਦੋ ਤਿੰਨ ਇੰਪੋਰਟੈਂਟ ਗੱਲਾਂ ਡਾਕਟਰ ਸਾਹਿਬ ਜਿਹੜੇ ਵਿਦਿਆਰਥੀ ਅੱਛੇ ਨੇ ਉਹਨਾਂ ਨੂੰ ਪਾਇਨੀਅਰ ਵੱਲੋਂ ਖਾਸ ਤੌਰ 'ਤੇ ਕਿਵੇਂ ਉਤਸ਼ਾਹਿਤ ਕੀਤਾ ਜਾਏਗਾ 80% ਵਾਲੇ 85% ਵਾਲੇ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਬਿਲਕੁਲ ਇੱਕ 80% ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਕੰਪਨੀ ਫੀਸ ਨਹੀਂ ਲਵਾਂਗੇ ਔਰ ਕੋਈ
ਕਾਲਜ ਦੀ ਇੱਕ ਕਾਲਜ ਦੀ ਜਿਹੜੀ ਹੈ ਐਪਲੀਕੇਸ਼ਨ ਫੀਸ ਵੀ ਕੰਪਨੀ ਆਪਣੇ ਵੱਲੋਂ ਦੇ ਜਿਹੜੀ $100-$200 ਹੈ ਹਾਂ ਬਿਲਕੁਲ ਔਰ ਦੂਸਰਾ ਜਿਹੜਾ ਹੈਗਾ ਸਕਾਲਰਸ਼ਿਪ ਕੀਤੇ ਨੇ ਕੰਪਨੀ ਨੇ ਸ਼ੁਰੂ ਜਿਸ ਤਰ੍ਹਾਂ ਮੈਂ ਵਾਅਦਾ ਕੀਤਾ ਸੀਗਾ ਕਿ ਵੀ ਜਿਸ ਤਰ੍ਹਾਂ ਕੰਪਨੀ ਦੇ ਜਿਹੜੇ ਤੁਸੀਂ ਜਿਹੜੇ ਮੇਰੇ ਭੈਣ ਭਰਾ ਬੱਚੇ ਜੁੜੇ ਨੇ ਇਨਕਮ ਹੋਏਗੀ ਉਹ ਅਸੀਂ ਕੰਟਰੀਬਿਊਟ ਕਰਾਂਗੇ ਬੱਚੇ ਜਿਹੜੇ $500-$500 ਦੇ ਦੋ ਹੈਗੇ ਨੇ ਸਕਾਲਰਸ਼ਿਪ ਹਰ ਬ੍ਰਾਂਚ ਤੋਂ ਇਸ ਵਕਤ 7 ਬ੍ਰਾਂਚਿਸ ਨੇ ਜਿਹੜੀ ਪੰਜਾਬ ਦੇ ਵਿੱਚ ਉਹ ਕਰਾਂਗੇ ਔਰ ਇੱਕ ਜਿਹੜਾ ਹੈ $2,000 ਦਾ ਸਕਾਲਰਸ਼ਿਪ ਹੋਏਗਾ ਜਿਸ ਦੇ ਡਰਾ ਨਿਕਲਣਗੇ ਔਰ ਉਹ ਬੱਚਿਆਂ ਨੂੰ ਰਿਵਾਰਡ ਕੀਤੇ ਜਾਣਗੇ ਲੱਖ ਰੁਪਈਆ ਯਾਨੀ ਕਿ ਬੱਚਾ ਜਿਹੜਾ ਹੈਗਾ ਸੇਵ ਕਰ ਸਕਦਾ ਹੈ ਬਿਲਕੁਲ ਡਾਕਟਰ ਸਾਹਿਬ ਥੋੜ੍ਹੀ ਜਿਹੀ ਗੱਲ ਮੈਂ ਇਸ ਵਕਤ ਕਰੂੰਗਾ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਵਿਦਿਆਰਥੀ +2 ਜਾਂ BA ਦੇ ਪੇਪਰ ਦੇ ਕੇ ਵਿਹਲੇ ਨੇ ਇਸ ਵਕਤ ਉਹਨਾਂ ਨੂੰ ਪਲਾਨਿੰਗ ਕਿਵੇਂ ਕਰਨੀ ਚਾਹੀਦੀ ਹੁਣ ਕੈਨੇਡਾ ਜਾਣ ਲਈ ਅਗਲੇ ਆਇਲਸ ਨੂੰ ਲੈ ਕੇ ਪੈਨ ਕਾਰਡ ਨੂੰ ਲੈ ਕੇ GIC ਨੂੰ ਲੈ ਕੇ ਫੀਸਾਂ ਨੂੰ ਲੈ ਕੇ ਕੀ ਤਿਆਰੀ ਕਰਨੀ ਸਾਰੀ ਮੁੱਖ ਦੀ ਗੱਲ ਤਾਂ ਇਹੀ ਹੈ ਕਿ ਉਹ ਆਪਣਾ ਸਭ ਤੋਂ ਪਹਿਲਾਂ ਜਿਹੜਾ ਮੈਂ ਸਮਝਦਾ ਕਿ ਇੱਕ ਕੰਸਲਟੈਂਟ ਚੂਜ਼ ਕਰਨ ਦੇ ਵਿੱਚ ਟਾਈਮ ਵੀ ਬਹੁਤ ਲੱਗਦਾ ਸੋਚ ਵਿਚਾਰ ਵੀ ਬਹੁਤ ਹੁੰਦਾ ਜਿਨ੍ਹਾਂ ਨੇ ਆਪਣਾ ਕੰਸਲਟੈਂਟ ਚੂਜ਼ ਕਰ ਲਿਆ ਹੈਗਾ ਫਟਾਫਟ ਜਾ ਕੇ ਪਹਿਲਾਂ ਆਪਣੇ ਕੰਸਲਟੈਂਟ ਦੇ ਕੋਲ ਜਾਓ ਔਰ ਉਸ ਤੋਂ ਉਸ ਦੀ ਪਲੈਨਿੰਗ ਦੇ ਮੁਤਾਬਕ ਅੱਗੇ ਕੰਮ ਸ਼ੁਰੂ ਕਰਵਾ ਦਿਓ ਲੇਕਿਨ ਇੱਕ ਖਾਸ ਗੱਲ ਇਹ ਕਿ ਹਮੇਸ਼ਾ ਫਿਲਹਾਲ ਮੈਂ ਜਿਹੜੇ ਰੀਸੈਂਟ ਸੋਚ ਦੇ ਵਿੱਚ ਗੱਲਬਾਤ ਕੀਤੀ ਕਿ 2017 ਜਿਹੜਾ ਇੱਕ ਰਿਕਾਰਡ ਬ੍ਰੇਕਿੰਗ ਦਾ ਮਤਲਬ ਇਹ ਕਿ ਇੰਨੇ ਸਾਲਾਂ ਦੇ ਮੇਰੇ 2003 ਤੋਂ ਜਿਹੜੀ ਕੰਪਨੀ ਚੱਲ ਰਹੀ ਹੈ 2003 ਤੋਂ ਜਿਹੜੇ ਤਜਰਬੇ ਦੇ ਵਿੱਚ ਇੰਨੇ 15 ਸਾਲਾਂ ਦਾ ਜਿਹੜਾ ਤਜਰਬੇ ਦੀ ਗੱਲ ਇਹ ਕਿ ਇੰਨਾ ਜ਼ਿਆਦਾ ਰਸ਼ ਜਾ ਰਿਹਾ ਖਾਸ ਤੌਰ 'ਤੇ ਕੈਨੇਡਾ ਆਸਟ੍ਰੇਲੀਆ ਦੇ ਵੀਜ਼ਾ ਬੜੇ ਰਿਸਟ੍ਰਿਕਟਡ ਨੇ ਘੱਟ ਵੀਜ਼ਾ ਦੇ ਰਿਹਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਆਲਮੋਸਟ ਜਿਹੜਾ ਹੈ ਨਹੀਂ ਦੇ ਰਿਹਾ ਔਰ ਨਿਊਜ਼ੀਲੈਂਡ ਵੀ ਬੜੇ ਘੱਟ ਹੈ ਇਹਨਾਂ ਦੇ ਵਿੱਚ ਫੰਡਸ ਦੀ ਬੜੀ ਰਿਕੁਆਇਰਮੈਂਟ ਹੈਗੀ ਹੈ 25-30 ਲੱਖ ਰੁਪਏ ਚਾਹੀਦੇ ਨੇ 6 ਮਹੀਨੇ ਪੁਰਾਣੇ ਚਾਹੀਦੇ ਨੇ ਕਿੰਤੂ ਪਰੰਤੂ ਵਾਲੇ ਬੜੇ ਸਵਾਲ ਜਵਾਬ ਨੇ ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਦਾ ਮਤਲਬ ਇਹ ਕਿ ਕੋਈ ਪੁਰਾਣੇ ਫੰਡ ਨਹੀਂ ਚਾਹੀਦੇ ਸਿਰਫ ਇੱਕ ਸਮੈਸਟਰ ਦੀ ਫੀਸ ਤਕਰੀਬਨ ਕੋਈ 3.5-4 ਲੱਖ ਰੁਪਏ ਔਰ $10,000 GIC ਦਾ ਮਤਲਬ FD ਜਿਹੜੀ ਹੈ ਕੈਨੇਡਾ ਬੈਂਕ ਦੇ ਵਿੱਚ ਕਰਾਉਣੀ ਤਕਰੀਬਨ ਸਾਰੇ ਜਿਹੜੇ ਮਿਲਾ ਕੇ ਹੋ ਗਏ 9 ਲੱਖ ਰੁਪਏ ਪੁਰਾਣੇ ਫੰਡ ਨਹੀਂ ਚਾਹੀਦੇ ਕਿੱਥੋਂ ਆਏ ਕਿਹੜੇ ਰਿਲੇਟਿਵ ਤੋਂ ਆਏ ਕੁਛ ਨਹੀਂ ਦਿਖਾਉਣਾ ਸਿਰਫ ਪੇ ਕੀਤੇ ਔਰ ਉਹਨਾਂ ਦੀ ਰਸੀਦਾਂ ਐਮਬੈਸੀ ਨੂੰ ਦਿਖਾਈਆਂ ਔਰ ਵੀਜ਼ਾ ਮਿਲ ਜਾਂਦਾ ਹੈਗਾ ਡਿਪੈਂਡ ਕਰਦਾ ਆਪਣੇ ਨੰਬਰਾਂ 'ਤੇ ਔਰ ਆਈਲੈਟਸ ਦੇ ਪੈਣ 'ਤੇ ਦੋ ਹੀ ਚੀਜ਼ਾਂ ਮੇਨ ਚਾਹੀਦੀਆਂ ਨੇ ਅਤੇ ਸੋ ਇਹ ਦਰਵਾਜ਼ੇ ਕੈਨੇਡਾ ਦੇ ਇੰਨੇ ਜ਼ਿਆਦਾ ਖੁੱਲ੍ਹੇ ਨੇ ਇੰਨਾ ਹਿਊਜ ਰਸ਼ ਚੱਲਦਾ ਪਿਆ ਹੈ ਕਿ ਮੁੱਕਦੀ ਗੱਲ ਇਹ ਕਿ ਬੜੀ ਜਲਦੀ ਅਰਲੀ ਪਲਾਨ ਕਰਨਾ ਪਏਗਾ ਔਰ ਇੱਕ ਕੀ ਪੁਆਇੰਟ ਸਭ ਤੋਂ ਜ਼ਰੂਰੀ ਕਿ ਫਟਾਫਟ ਬਾਕੀ ਕੰਮ ਬਾਅਦ ਦੇ ਵਿੱਚ ਆਈਲੈਟਸ ਦੀ ਡੇਟ ਬੁੱਕ ਕਰਾਓ ਜਿਹੜੀ ਕਿ ਇੰਨੇ ਰਸ਼ ਦੀ ਵਜ੍ਹਾ ਨਾਲ ਮਿਲਣੀ ਨਹੀਂ ਸੈਪਟੈਂਬਰ ਲਈ ਕਿੰਨੀ ਕੁ ਡੇਟ ਬੁੱਕ ਕਰਾਉਣੀ ਚਾਹੀਦੀ ਜੇ ਸੈਪਟੈਂਬਰ ਜਾਣਾ ਕਿਸੇ ਬੱਚੇ ਦੇਖੋ ਡਿਪੈਂਡ ਇਹ ਕਰਦਾ ਕਿ ਸਤੰਬਰ ਦੀ ਗੱਲ ਕਰੀਏ ਤਾਂ ਆਲਰੇਡੀ ਜਿਹੜੇ ਨੇ 80% ਦੇ ਕਰੀਬ ਪ੍ਰੋਗਰਾਮਸ ਫੁੱਲ ਹੋ ਗਏ ਨੇ ਸੋ ਇਹ ਜਿਹੜਾ ਹੈ ਅਗਰ ਮੰਨ ਲਓ ਕਿ ਬੱਚਾ ਕਹਿੰਦਾ ਬ੍ਰੈਂਪਟਨ ਮਿਸੀਸਾਗੇ ਜਾਣਾ ਜਾਂ ਕੋਈ ਪਰਟੀਕੁਲਰ ਸਿਟੀ ਦੇ ਵਿੱਚ ਜਾਣਾ ਹੈ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਉਸ ਚੋਜ਼ਨ ਕਾਲਜ ਦੇ ਵਿੱਚ ਜਿਹੜਾ ਕਿ ਸੋਚ ਰਿਹਾ ਕਿ ਮੈਂ ਇਸ ਕਾਲਜ ਦੇ ਵਿੱਚ ਜਾਣਾ ਇਸ ਸਿਟੀ ਦੇ ਵਿੱਚ ਜਾਣਾ ਉੱਥੇ ਨਾ ਮਿਲੇ ਜੇ ਉੱਥੇ ਜਾਣਾ ਅਤੇ ਜਨਵਰੀ ਵਾਸਤੇ ਅਪਲਾਈ ਕਰਨਾ ਪਏਗਾ ਜੇ ਸਪਤੰਬਰ ਵਾਸਤੇ ਜਾਣਾ ਤਾਂ ਹੋ ਸਕਦਾ ਥੋੜ੍ਹਾ ਪੈਰੀਫਰੀ 'ਤੇ ਲੋਇਲਿਸਟ ਕਾਲਜ ਹੈਗਾ 1.5-2 ਘੰਟੇ ਦਾ ਰਸਤਾ ਹੈਗਾ ਕੋਨੈਸਟੋਬਾ ਕਾਲਜ ਹੈਗਾ ਜਿਹੜਾ ਬ੍ਰੈਂਪਟਨ ਟੋਰੰਟੋ ਤੋਂ 1 ਘੰਟੇ ਦਾ ਰਸਤਾ ਹੈਗਾ ਫੈਂਸਾ ਕਾਲਜ ਲੰਡਨ ਸਿਟੀ ਦੇ ਵਿੱਚ ਹੈਗਾ 2 ਘੰਟੇ ਦਾ ਰਸਤਾ ਹੈਗਾ ਲੈਂਪਟਨ ਕਾਲਜ ਸਾਰਨੀਆ ਹੈਗਾ ਤਕਰੀਬਨ 3 ਘੰਟੇ ਦਾ ਰਸਤਾ ਹੈਗਾ ਮੋਹਾਕ ਕਾਲਜ ਹੈਗਾ ਜਿਹੜਾ ਕਿ ਹੈਮਿਲਟਨ ਸਿਟੀ ਦੇ ਵਿੱਚ ਹੈਗਾ ਤਕਰੀਬਨ 1.5-1.5 ਘੰਟੇ ਦਾ ਰਸਤਾ ਹੈਗਾ ਸੋ ਇਹ ਪੀਟਰਬਰੋ ਦੇ ਵਿੱਚ ਜਿਹੜਾ ਫਲੈਮਿੰਗ ਕਾਲਜ ਹੈਗਾ 3-4 ਘੰਟੇ ਦਾ ਰਸਤਾ ਹੈਗਾ ਸੋ ਇਹ ਸਾਰੇ ਜਿਹੜੇ ਡੈਫੀਨੇਟਲੀ ਸਾਰਾ ਚਾਰਟ ਬਣਾਇਆ ਦੱਸਿਆ ਇਹ ਜਿਹੜੇ ਥੋੜ੍ਹੇ ਸਾਈਡ 'ਤੇ ਜਿਹੜੇ ਨੇ ਜੋਰਜੀਅਨ ਕਾਲਜ ਹੈਗਾ 1.5-2 ਘੰਟੇ ਦਾ ਰਸਤਾ ਹੈਗਾ ਸੋ ਉਹ ਉਹਨਾਂ ਦੇ ਵਿੱਚ ਜਾਣਾ ਹੋਏਗਾ ਬੱਚੇ ਨੇ ਔਰ ਇੱਕ ਮੇਰੀ ਜ਼ਰੂਰ ਹਦਾਇਤ ਧਿਆਨ ਨਾਲ ਬਹੁਤ ਸਾਰੇ ਮੇਰੇ ਕੋਲ ਇੰਸੀਡੈਂਟ ਆਉਂਦੇ ਨੇ ਕਿ ਬੱਚੇ ਬੱਚਿਆਂ ਨੂੰ ਇਹ ਪੁੱਛ ਲਈਏ ਕਿ ਸਤੰਬਰ ਦੇ ਬਜਾਏ ਜਨਵਰੀ ਚਲੇ ਜਾਓ ਅਤੇ ਨਹੀਂ ਜਾਣਾ ਮਨਜ਼ੂਰ ਬਿਲਕੁਲ ਇੱਕ ਦਿਨ ਵੀ ਇੱਥੇ ਕੱਟਣਾ ਇੰਡੀਆ ਦੇ ਵਿੱਚ ਐਵੇਂ ਲੱਗਦਾ ਜਿਵੇਂ ਕਿ ਲੂ ਚੱਲਦੀ ਹੋਵੇ ਬਹੁਤ ਬੁਰਾ ਹਾਲ ਹੋਵੇ ਇੰਨੀ ਉਮਰ ਗੁਜ਼ਾਰ ਲਈ ਤਾਂ ਕੋਈ ਐਸੀ ਗੱਲ ਨਹੀਂ ਮੈਂ ਇਹ ਸਮਝਦਾ ਉੱਥੇ ਭੇਜ ਦਿੱਤਾ ਸਪਤੰਬਰ ਦੇ ਵਿੱਚ ਮੰਨ ਲਓ ਕਿਸੇ ਕਾਲਜ 'ਚ ਭੇਜ ਦਿੱਤਾ 1.5-2 ਘੰਟੇ ਦਾ ਰਸਤਾ ਫਿਰ ਉੱਥੇ ਜਾ ਕੇ ਜਾਂਦੇ ਨਾਲ ਹੀ ਮਹੀਨੇ ਦੇ ਵਿੱਚ ਇਹ ਕਹਿ ਦੇਣਾ ਇੱਥੇ ਬੈਠ ਕੇ ਗੱਲਾਂ ਕਰਨ ਦਾ ਵੀ ਇਹ ਫਾਇਦਾ ਕਿ ਜਿਹੜਾ ਕੁਛ ਤਕਲੀਫ ਆਉਣੀ ਹੈ ਉਸ ਤੋਂ ਆਪਾਂ ਪਹਿਲਾਂ ਹੀ ਬਚ ਗਈ ਔਰ ਮੈਂ ਜੋ ਗੱਲ ਕਰਦਾ ਬਿਲਕੁਲ ਮੇਰੀ ਪ੍ਰੈਕਟੀਕਲ ਜੈਨੂਅਨ ਆਪ ਦੇਖੀ ਹੋਈ ਬਿਲਕੁਲ ਐਕਸਪੀਰੀਅੰਸ ਦੀ ਗੱਲ ਦੱਸਦਾ ਔਰ ਉਸ ਤੋਂ ਬੱਚੇ ਤਾਂ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਦੇਖੋ ਖਾਸ ਤੌਰ 'ਤੇ ਜਿਹੜੇ +2 ਵਾਲੇ ਬੱਚੇ ਨੇ ਮੈਂ ਇਹ ਆਪਣੇ ਆਪ ਨੂੰ ਬੜੇ ਮਸ਼ਹੂਰ ਸਮਝਦੇ ਨੇ ਕਿ ਮੇਰੇ ਬੱਚੇ ਨੇ ਕਿ ਕਿਸੇ ਹੋਰ ਦੇ ਨੇ ਲੇਕਿਨ ਇਹ 16-17-18 ਸਾਲ ਦੀ ਜਿਹੜੀ 17 ਸਾਲ ਦੀ 18 ਸਾਲ ਦੀ 19 ਸਾਲ ਦੀ ਉਮਰ ਜਿਹੜੀ ਬੜੀ ਇਮੈਚਿਓਰ ਹੁੰਦੀ ਹੈ ਆਉਣ ਵਾਲੇ 2-3-4 ਸਾਲਾਂ 'ਚ ਇਹਨਾਂ ਦੀ ਬਿਲਕੁਲ ਹੋ ਜਾਣੀ ਮੈਚਿਓਰਿਟੀ ਲੈਵਲ ਬਹੁਤ ਹਾਈ ਹੋਣਾ ਹੈ ਲੇਕਿਨ ਇਸ ਵਕਤ ਜਿਹੜਾ ਇਹਨਾਂ ਨੂੰ ਜੋ ਸੋਚ ਲਿਆ ਉਹ ਹੋ ਗਿਆ ਕਿ ਮਤਲਬ ਜਾਣਾ ਹੈ ਤਾਂ ਬਸ ਰਾਤੋਂ ਰਾਤ ਜਾਣਾ ਹੈਗਾ ਅਤੇ ਉਹ ਜਿਹੜਾ ਮੁਸ਼ਕਿਲ ਜਿਹੜਾ ਹੈ ਉੱਥੇ ਜਾ ਕੇ ਫਿਰ ਜਿਹੜਾ ਤਕਲੀਫ ਵਿੱਚ ਸਹਿਣਾ ਔਖੇ ਹੋਣਾ ਉਸ ਦੇ ਬਜਾਏ ਪਹਿਲਾਂ ਹੀ ਚੰਗੀ 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 ਰਾਏ ਲੈ ਲਓ ਜੀ ਥੈਂਕ ਯੂ ਡਾਕਟਰ ਸਾਹਿਬ ਸਟੂਡੀਓ ਦੇ ਵਿੱਚ ਆਉਣ ਲਈ ਧੰਨਵਾਦ
दर्शकों का भी शुक्रिया। उम्मीद करेंगे अज का शो काफ़ी प्रैक्टिकल लाहेवंद होगा तुहाडे लई। फिर भी कोई ज़हन दे विच सवाल है तो डॉक्टर रवि गर्ग उन्होंने वख-वख शड्यूल ने टीवी स्क्रीन पर फ्लैश किए जा रहे हैं, उन्होंने उन्होंने दफ्तरों के जो है मिल सकते हो, असैसमेंट करा सकते हो। धन्यवाद संधु साहब। एक मिनट, जरा एक तो ब्रांचेस लुधियाना, मोगा, फिरोजपुर, अमृतसर, जलंधर, बठिंडा और हैड ऑफिस मोहाली। मेरा शेड्यूल बन गया कई महीने का, ऑफिस के जाके प्रिंटेड लै लो, फोन करके सारिया डेटा पुछ लो और लिख लो ताकि अपने हिसाब न कर लो। अगे अगे पिछे मिलना एक दो घंटे का सफर करना पै सकता है। रश तो बचने लिए फटाफट जे ऑफर लैटर आ गई, वेट ना करो डेडलाइन की, फटाफट फीस जमा कराओ ताकि अपनी सीट बुक हो। रश करके बाद कॉलेज मुकर जाएंगे कि जी सीटा सारियाँ फुल हो गई, 200-300 डॉलर वध कराओ ताकि जिनी रिक्वायर्ड फीस 8,000 डॉलर हैगी घट ना जाए बैंकों की ट्रांजैक्शन करके, जिदे करके घट गई तो बाद फिर कॉलेज में मुकरन में थां हो जाएगी। ये रश तो बचन के बड़े तरीके ने, साडे स्टाफ नाल मैनेजर नाल गल करके जिवें जिवें असीं एडवाइस करदे हैगे, खास तौर पर कुछ नोट्स दिंदे हैगे, जो भी कागज़ दिंदे हैगे उन्हां नूं चंगी तरह, स्टूडेंट की आदत है नहीं पढ़ते, जरूर पढ़ो हर कागज़, तुहानूं कोई गल कहनी है तो जरूरी नहीं घंटा घंटा बिठा के गल करिए, कागज़ दिंदे आ तुहानूं उह जरूर चंगी तरीके नाल पढ़ो। थैंक यू डॉक्टर साहब, दर्शकों का भी शुक्रिया। कल फिर मिलेंगे अपने दोस्त रणबीर संधु नाल।